ਤਾਂ ਦੇਖੋ ਪਾਲਸ ਮਾਉ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਕਿੰਨਾ ਪਿਆਰ ਹੈ। ਨਿੱਕੇ ਸਿੱਧੂ ਦੇ ਆਉਣ 'ਤੇ ਸੋਨੇ ਦਾ ਕੜਾ, ਚਾਂਦੀ ਦੇ ਖਿਡੌਣੇ ਭੇਟ ਕਰਦੇ ਨੇ। ਤਾਂ ਪਾਲਸ ਮਾਉ ਉਹ ਚਰਚਿਤ ਚਿਹਰਾ ਜੋ ਮੂਸੇਵਾਲੇ ਦੇ ਕਾਫੀ ਕਰੀਬ ਰਿਹਾ ਏ। ਮੂਸੇਵਾਲੇ ਦੇ ਜਾਣ ਮਗਰੋਂ ਇਸ ਨੇ ਸੁੱਖਣਾ ਸੁੱਕੀ ਸੀ ਕਿ ਮੂਸੇਵਾਲੇ ਦੇ ਘਰ ਜਦ ਤੱਕ ਖੁਸ਼ੀ ਨਹੀਂ ਆਉਂਦੀ ਕੋਈ, ਉਦੋਂ ਤੱਕ ਮੈਂ ਨੰਗੇ ਪੈਰ ਰਵਾਂਗਾ। ਅਤੇ ਪਾਲਸ ਮਾਉ ਕਰੀਬ 1 ਤੋਂ 1.5 ਸਾਲ ਨੰਗੇ ਪੈਰ ਰਿਹਾ। ਉਸਨੇ ਚੱਪਲ ਪੈਰੀ ਪਾ ਕੇ ਨਹੀਂ ਦੇਖੀ, ਭਾਵੇਂ ਠੰਡ ਹੋਵੇ ਭਾਵੇਂ ਗਰਮੀ, ਉਸਨੇ ਸਾਰਾ ਚਿਰ ਨੰਗੇ ਪੈਰ ਹੀ ਕੱਟਿਆ। ਤਾਂ ਦੱਸ ਦਈਏ ਕਿ ਪਾਲਸ ਮਾਉ ਦਾ ਮੂਸੇਵਾਲੇ ਦੇ ਨਾਲ ਵੀ ਬਹੁਤ ਪਿਆਰ ਸੀ ਅਤੇ ਹੁਣ ਜਾਣ ਮਗਰੋਂ ਪਿਤਾ ਦੇ ਨਾਲ ਵੀ ਬਹੁਤ ਪਿਆਰ ਹੈ। ਬਲਕੌਰ ਸਿੰਘ ਨੇ ਪਾਲਸ ਮਾਉ ਦੇ ਖੁਦ ਜੁੱਤੀ ਪਾਈ ਹੈ। ਕਾਫੀ ਸਮੇਂ ਤੋਂ ਨੰਗੇ ਪੈਰੀ ਚੱਲ ਰਿਹਾ ਸੀ ਪਾਲਸ ਮਾਉ। ਮੂਸੇਵਾਲੇ ਦੇ ਘਰ ਖੁਸ਼ੀ ਆਉਣ ਦੀ ਸੁੱਖਣਾ ਸੁੱਖੀ ਸੀ ਇਸਨੇ। ਸੁੱਖ ਪੂਰੀ ਹੋਣ 'ਤੇ ਬਲਕੌਰ ਸਿੰਘ ਨੇ ਆਪ ਆ ਕੇ ਪੈਰੀ ਜੁੱਤੀ ਪੁਆਈ ਅਤੇ ਪਾਲਸ ਮਾਉ ਦੇ ਘਰ ਇੱਕ ਨਿੱਕਾ ਜਿਹਾ ਸਮਾਗਮ ਰੱਖਿਆ ਗਿਆ ਸੀ, ਜਿੱਥੇ ਨਿੱਕੇ ਸ਼ੁਭ ਦੇ ਆਉਣ ਦੀ ਖੁਸ਼ੀ 'ਚ ਕੇਕ ਵੀ ਕੱਟਿਆ ਗਿਆ ਅਤੇ ਬੈਂਡ ਵਾਜੇ ਵੀ ਵਜਾਏ ਗਏ। ਨਾਲ ਨਾਲ ਕੁਝ ਸਿੰਗਰਾਂ ਨੇ ਉੱਥੇ ਰੌਣਕਾਂ ਵੀ ਲਾਈਆਂ ਅਤੇ ਇਸੇ ਮੌਕੇ ਪਾਲਸ ਮਾਉ ਨੇ ਬਲਕੌਰ ਸਿੰਘ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ। ਪਾਲਸ ਮਾਉ ਨੇ ਇੱਕ ਸੋਨੇ ਦੀ ਚੇਨ ਜਿਸ ਦੇ ਵਿੱਚ ਗਾਨੀ ਸੀ ਅਤੇ ਨਿੱਕੇ ਸਿੱਧੂ ਦੇ ਲਈ ਸੋਨੇ ਚਾਂਦੀ ਦੇ ਗਹਿਣੇ ਅਤੇ ਚਾਂਦੀ ਦਾ ਖਿਡੌਣਾ ਵੀ ਦਿੱਤਾ ਹੈ। ਤਾਂ ਦੇਖੋ ਇਹ ਖੂਬਸੂਰਤ ਤਸਵੀਰਾਂ ਕਈ ਸਾਲਾਂ ਬਾਅਦ ਬਲਕੌਰ ਸਿੰਘ ਦੇ ਘਰ ਅਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਬਹੁਤ ਹੀ ਨੇੜਲੇ ਬੰਦੇ ਸੀ ਉਹਨਾਂ ਦੇ ਘਰ ਖੁਸ਼ੀਆਂ ਪਰਤੀਆਂ ਨੇ। ਤਾਂ ਦੇਖੋ ਪਾਲਸ ਮਾਉ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਕਿੰਨਾ ਪਿਆਰ ਹੈ। ਨਿੱਕੇ ਸਿੱਧੂ ਦੇ ਆਉਣ 'ਤੇ ਸੋਨੇ ਦਾ ਕੜਾ, ਚਾਂਦੀ ਦੇ ਖਿਡੌਣੇ ਭੇਟ ਕਰਦੇ ਨੇ। ਤਾਂ ਪਾਲਸ ਮਾਉ ਉਹ ਚਰਚਿਤ ਚਿਹਰਾ ਜੋ ਮੂਸੇਵਾਲੇ ਦੇ ਕਾਫੀ ਕਰੀਬ ਰਿਹਾ ਏ। ਮੂਸੇਵਾਲੇ ਦੇ ਜਾਣ ਮਗਰੋਂ ਇਸਨੇ ਸੁੱਖਣਾ ਸੁੱਕੀ ਸੀ ਕਿ ਮੂਸੇਵਾਲੇ ਦੇ ਘਰ ਜਦ ਤੱਕ ਖੁਸ਼ੀ ਨਹੀਂ ਆਉਂਦੀ ਕੋਈ, ਉਦੋਂ ਤੱਕ ਮੈਂ ਨੰਗੇ ਪੈਰ ਰਵਾਂਗਾ। ਅਤੇ ਪਾਲਸ ਮਾਉ ਕਰੀਬ 1 ਤੋਂ 1.5 ਸਾਲ ਨੰਗੇ ਪੈਰ ਰਿਹਾ। ਉਸਨੇ ਚੱਪਲ ਪੈਰੀ ਪਾ ਕੇ ਨਹੀਂ ਦੇਖੀ, ਭਾਵੇਂ ਠੰਡ ਹੋਵੇ ਭਾਵੇਂ ਗਰਮੀ, ਉਸਨੇ ਸਾਰਾ ਚਿਰ ਨੰਗੇ ਪੈਰ ਹੀ ਕੱਟਿਆ। ਤਾਂ ਦੱਸ ਦਈਏ ਕਿ ਪਾਲਸ ਮਾਉ ਦਾ ਮੂਸੇਵਾਲੇ ਦੇ ਨਾਲ ਵੀ ਬਹੁਤ ਪਿਆਰ ਸੀ ਅਤੇ ਹੁਣ ਜਾਣ ਮਗਰੋਂ ਪਿਤਾ ਦੇ ਨਾਲ ਵੀ ਬਹੁਤ ਪਿਆਰ ਹੈ। ਬਲਕੌਰ ਸਿੰਘ ਨੇ ਪਾਲਸ ਮਾਉ ਦੇ ਖੁਦ ਜੁੱਤੀ ਪਾਈ ਹੈ। ਕਾਫੀ ਸਮੇਂ ਤੋਂ ਨੰਗੇ ਪੈਰੀ ਚੱਲ ਰਿਹਾ ਸੀ ਪਾਲਸ ਮਾਉ। ਮੂਸੇਵਾਲੇ ਦੇ ਘਰ ਖੁਸ਼ੀ ਆਉਣ ਦੀ ਸੁੱਖਣਾ ਸੁੱਖੀ ਸੀ ਇਸਨੇ। ਸੁੱਖ ਪੂਰੀ ਹੋਣ 'ਤੇ ਬਲਕੌਰ ਸਿੰਘ ਨੇ ਆਪ ਆ ਕੇ ਪੈਰੀ ਜੁੱਤੀ ਪੁਆਈ ਅਤੇ ਪਾਲਸ ਮਾਉ ਦੇ ਘਰ ਇੱਕ ਨਿੱਕਾ ਜਿਹਾ ਸਮਾਗਮ ਰੱਖਿਆ ਗਿਆ ਸੀ, ਜਿੱਥੇ ਨਿੱਕੇ ਸ਼ੁਭ ਦੇ ਆਉਣ ਦੀ ਖੁਸ਼ੀ 'ਚ ਕੇਕ ਵੀ ਕੱਟਿਆ ਗਿਆ ਅਤੇ ਬੈਂਡ ਵਾਜੇ ਵੀ ਵਜਾਏ ਗਏ। ਨਾਲ ਨਾਲ ਕੁਝ ਸਿੰਗਰਾਂ ਨੇ ਉੱਥੇ ਰੌਣਕਾਂ ਵੀ ਲਾਈਆਂ ਅਤੇ ਇਸੇ ਮੌਕੇ ਪਾਲਸ ਮਾਉ ਨੇ ਬਲਕੌਰ ਸਿੰਘ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ। ਪਾਲਸ ਮਾਉ ਨੇ ਇੱਕ ਸੋਨੇ ਦੀ ਚੇਨ ਜਿਸ ਦੇ ਵਿੱਚ ਗਾਨੀ ਸੀ ਅਤੇ ਨਿੱਕੇ ਸਿੱਧੂ ਦੇ ਲਈ ਸੋਨੇ ਚਾਂਦੀ ਦੇ ਗਹਿਣੇ ਅਤੇ ਚਾਂਦੀ ਦਾ ਖਿਡੌਣਾ ਵੀ ਦਿੱਤਾ ਹੈ। ਤਾਂ ਦੇਖੋ ਇਹ ਖੂਬਸੂਰਤ ਤਸਵੀਰਾਂ ਕਈ ਸਾਲਾਂ ਬਾਅਦ ਬਲਕੌਰ ਸਿੰਘ ਦੇ ਘਰ ਅਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਬਹੁਤ ਹੀ ਨੇੜਲੇ ਬੰਦੇ ਸੀ ਉਹਨਾਂ ਦੇ ਘਰ ਖੁਸ਼ੀਆਂ ਪਰਤੀਆਂ ਨੇ।